ਤੁਸੀਂ ਸਵਰਗ ਦੇ ਰਸਤੇ ਬਾਰੇ ਤਾਂ ਜ਼ਰੂਰ ਸੁਣਿਆ ਹੋਵੇਗਾ, ਪਰ ਕੀ ਤੁਸੀਂ ਕੋਈ ਅਜਿਹੀ ਜਗ੍ਹਾ ਦਾ ਨਾਮ ਸੁਣਿਆ ਹੈ ਜਿਸ ਨੂੰ ਨਰਕ ਦਾ ਦਰਵਾਜ਼ਾ ਕਿਹਾ ਜਾਂਦਾ ਹੈ? ਅਸਲ ਦੇ ਵਿੱਚ ਇਹ ਜਗ੍ਹਾ ਰੂਸ ਦੇ ਵਿੱਚ ਹੈ ਜਿੱਥੋਂ ਨਰਕ ਦਾ ਦਰਵਾਜ਼ਾ ਸ਼ੁਰੂ ਹੁੰਦਾ ਹੈ। ਵਿਗਿਆਨਕ ਵੀ ਇਸ ਥਾਂ ਨੂੰ ਲੈ ਕੇ ਕਾਫੀ ਜ਼ਿਆਦਾ ਹੈਰਾਨ ਨੇ, ਕਿਉਂਕਿ ਉਹਨਾਂ ਨੇ ਇੱਥੋਂ ਕਾਫੀ ਜ਼ਿਆਦਾ ਡਰਾਉਣੀਆਂ ਆਵਾਜ਼ਾਂ ਰਿਕਾਰਡ ਕੀਤੀਆਂ ਨੇ ਜਿਹੜੀਆਂ ਅਸੀਂ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਸੁਣਾਵਾਂਗੇ। ਚਲੋ ਜਾਣਦੇ ਹਾਂ ਕਿ ਨਰਕ ਕਹੀ ਜਾਣ ਵਾਲੀ ਇਹ ਜਗ੍ਹਾ ਕਿਹੜੀ ਹੈ ਤੇ ਇਸ ਦੇ ਅੰਦਰ ਕਿਹੜਾ ਭੇਦ ਲੁਕਿਆ ਹੋਇਆ ਹੈ। ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ। ਬਚਪਨ ਦੇ ਵਿੱਚ ਤੁਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੋਵੇਗਾ ਕਿ ਚੰਗਾ ਕੰਮ ਕਰੋਗੇ ਤਾਂ ਤੁਸੀਂ ਸਵਰਗਾਂ ਦੇ ਵਿੱਚ ਜਾਓਗੇ, ਜੇਕਰ ਕੋਈ ਮਾੜਾ ਕੰਮ ਕਰਦਾ ਹੈ ਤਾਂ ਉਹ ਨਰਕਾਂ ਦੇ ਵਿੱਚ ਜਾਂਦਾ ਹੈ। ਤਕਰੀਬਨ ਸਾਰੇ ਗ੍ਰੰਥਾਂ ਦੇ ਵਿੱਚ ਵੀ ਨਰਕ ਦੇ ਬਾਰੇ ਦੱਸਿਆ ਗਿਆ ਹੈ। ਇਸ ਕਰਕੇ ਹੀ ਬ੍ਰਹਮ ਗਿਆਨੀ ਜਾਂ ਸੰਤ ਲੋਕ ਸਵਰਗ ਦੇ ਵਿੱਚ ਜਾਣ ਦੇ ਲਈ ਬਹੁਤ ਜ਼ਿਆਦਾ ਤਪ ਵੀ ਕਰਦੇ ਸਨ। ਸ਼ਾਇਦ ਤੁਹਾਡੇ ਵਿੱਚੋਂ ਵੀ ਕੁਝ ਲੋਕ ਨਰਕ ਤੇ ਸਵਰਗ ਨੂੰ ਨਹੀਂ ਮੰਨਦੇ ਹੋਣਗੇ, ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਅੱਗੇ ਕੁਝ ਅਜਿਹੇ ਤੱਥ ਰੱਖੂੰਗਾ ਜਿਹੜੇ ਤੁਹਾਨੂੰ ਸੋਚਣ ਦੇ ਲਈ ਮਜਬੂਰ ਕਰ ਦੇਣਗੇ ਕਿ ਸੱਚਮੁੱਚ ਨਰਕ ਹੁੰਦਾ ਹੈ। ਇਹ ਤਾਂ ਹੋਈਆਂ ਸਾਰੀਆਂ ਇਤਿਹਾਸਕ ਗੱਲਾਂ, ਪਰ ਹੁਣ ਆਪਾਂ ਸੈਂਟੀਫਿਕ ਜਿਹੜੇ ਫੈਕਟ ਨੇ ਉਹਨਾਂ ਦੇ ਉੱਪਰ ਗੱਲ ਕਰਦੇ ਹਾਂ। ਧਰਤੀ ਨੂੰ ਨੇੜੇ ਤੋਂ ਜਾਣਨ ਦੇ ਲਈ ਵਿਗਿਆਨਕਾਂ ਨੇ ਸੋਚਿਆ ਕਿ ਕਿਉਂ ਨਾ ਧਰਤੀ ਦੇ ਅੰਦਰ ਇੱਕ ਬਹੁਤ ਡੂੰਘਾ ਟੋਆ ਪੱਟਿਆ ਜਾਵੇ ਤਾਂ ਕਿ ਧਰਤੀ ਦੀਆਂ ਸਾਰੀਆਂ ਪਰਤਾਂ ਦੇ ਬਾਰੇ ਉਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਜਾਣਕਾਰੀ ਮਿਲ ਸਕੇ। ਇਸ ਲਈ ਉਹਨਾਂ ਨੇ ਰੂਸ ਦੇ ਵਿੱਚ ਇੱਕ ਬਹੁਤ ਡੂੰਘਾ ਟੋਆ ਪੱਟਿਆ ਜਿਸ ਨੂੰ ਕੋਲਾ ਸੁਪਰ ਡੀਪ ਬੋਰ ਹੋਲ ਨਾਮ ਦਿੱਤਾ ਗਿਆ। 1970 ਦੇ ਵਿੱਚ ਰੂਸ ਦੇ ਵਿਗਿਆਨਕਾਂ ਨੇ ਇਸ ਟੋਏ ਦੀ ਖੁਦਾਈ ਸ਼ੁਰੂ ਕੀਤੀ। ਇਸ ਟੋਏ ਦੀ ਡੂੰਘਾਈ ਦੀ ਗੱਲ ਕਰੀਏ ਤਾਂ ਇਹ 12,262 ਮੀਟਰ ਡੂੰਘਾ ਹੈ। ਇਸ ਨੂੰ ਅਸੀਂ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਇਹ ਸਮੁੰਦਰ ਦੇ ਸਭ ਤੋਂ ਡੂੰਘੇ ਪੁਆਇੰਟ ਯਾਨੀ ਕਿ ਮਰਿਆਨਾ ਟ੍ਰੈਂਚ ਤੋਂ ਵੀ ਕਿਤੇ ਜ਼ਿਆਦਾ ਡੂੰਘਾ ਹੈ। ਕਿਹਾ ਜਾਂਦਾ ਹੈ ਕਿ ਅੱਜ ਤੱਕ ਵੀ ਕੋਈ ਇਨਸਾਨ ਇੰਨੀ ਜ਼ਿਆਦਾ ਡੂੰਘਾਈ ਦੇ ਵਿੱਚ ਨਹੀਂ ਗਿਆ। 1970 ਦੇ ਵਿੱਚ ਪੂਰੀ ਦੁਨੀਆ ਦੇ ਸਾਰੇ ਦੇਸ਼ਾਂ ਦੇ ਵਿੱਚ ਪੁਲਾੜ ਅਤੇ ਧਰਤੀ ਨੂੰ ਐਕਸਪਲੋਰ ਕਰਨ ਦੀ ਆਪਸ ਦੇ ਵਿੱਚ ਦੌੜ ਲੱਗੀ ਹੋਈ ਸੀ, ਪਰ ਇਹਨਾਂ ਸਾਰੇ ਦੇਸ਼ਾਂ ਦੇ ਵਿੱਚੋਂ ਬਹੁਤ ਘੱਟ ਦੇਸ਼ ਸਨ ਜਿਹੜੇ ਧਰਤੀ ਨੂੰ ਲੈ ਕੇ ਕੁਝ ਕਰਨ ਬਾਰੇ ਸੋਚ ਰਹੇ ਸਨ। ਇਸ ਦੌਰਾਨ ਹੀ ਰੂਸ ਦੇ ਵਿਗਿਆਨਕਾਂ ਨੇ ਅਮਰੀਕਾ ਦੇ ਵਿਗਿਆਨਕਾਂ ਨੂੰ ਚੁਣੌਤੀ ਦੇਣ ਦੇ ਲਈ ਕੋਲਾ ਸੁਪਰ ਡੀਪ ਬੋਰ ਹੋਲ ਦੀ ਖੁਦਾਈ ਸ਼ੁਰੂ ਕਰ ਦਿੱਤੀ। ਲਗਭਗ 20 ਸਾਲ ਖੁਦਾਈ ਕਰਨ ਤੋਂ ਬਾਅਦ ਵਿਗਿਆਨਕਾਂ ਨੇ ਇਸ 12 ਕਿਲੋਮੀਟਰ ਡੂੰਘੇ ਟੋਏ ਨੂੰ ਪੁੱਟਿਆ। ਇਹ ਟੋਆ ਇੰਨਾ ਜ਼ਿਆਦਾ ਡੂੰਘਾ ਹੈ ਕਿ ਇਸ ਦੇ ਵਿੱਚ 240 ਫੁੱਟ ਦੇ ਲਗਭਗ 167 ਕੁਤਬ ਮੀਨਾਰ ਆ ਜਾਣਗੇ। ਉੱਪਰ ਤੋਂ ਜਦੋਂ ਅਸੀਂ ਧਰਤੀ ਨੂੰ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਸਾਰੀ ਧਰਤੀ ਹੀ ਠੋਸ ਪਰਤਾਂ ਦੇ ਨਾਲ ਬਣੀ ਹੋਈ ਹੈ, ਪਰ ਅਸਲ ਦੇ ਵਿੱਚ ਧਰਤੀ ਦੀਆਂ 4 ਪਰਤਾਂ ਨੇ। ਇਹ ਪਰਤਾਂ ਨੇ ਕ੍ਰਸਟ, ਮੈਟਲ, ਆਊਟਰ ਕੋਰ ਤੇ ਇਨਰ ਕੋਰ। ਰੂਸ ਦੇ ਵਿਗਿਆਨਕ ਇਹ ਵਿਸ਼ਾਲ ਡੂੰਘੇ ਟੋਏ ਦੀ ਮਦਦ ਦੇ ਨਾਲ ਧਰਤੀ ਦੀਆਂ ਇਹਨਾਂ ਪਰਤਾਂ ਬਾਰੇ ਹੀ ਡੂੰਘਾਈ ਦੇ ਵਿੱਚ ਜਾਣਨਾ ਚਾਹੁੰਦੇ ਸਨ। ਸਭ ਤੋਂ ਪਹਿਲਾਂ ਆਉਂਦੀ ਹੈ ਧਰਤੀ ਦੀ ਕ੍ਰਸਟ ਪਰਤ। ਇਹ ਬਹੁਤ ਜ਼ਿਆਦਾ ਪਤਲੀ ਅਤੇ ਉੱਪਰ ਵਾਲੀ ਧਰਤੀ ਦੀ ਪਰਤ ਹੈ। ਇਸ ਪਰਤ ਦੇ ਉੱਪਰ ਹੀ ਅਸੀਂ ਰਹਿੰਦੇ ਹਾਂ। ਧਰਤੀ ਦੀ ਉੱਪਰਲੀ ਪਰਤ ਅੱਡ-ਅੱਡ ਤਰ੍ਹਾਂ ਦੀਆਂ ਚਟਾਨਾਂ ਦੇ ਨਾਲ ਬਣੀ ਹੋਈ ਹੈ। ਧਰਤੀ ਦੀ ਉੱਪਰਲੀ ਪਰਤ ਦੇ ਵਿੱਚ ਕੈਮੀਕਲ ਰਸਾਇਣ ਹੁੰਦੇ ਨੇ। ਉਹਨਾਂ ਦੇ ਵਿੱਚ ਆਕਸੀਜਨ ਹੁੰਦੀ ਹੈ 46.6%, ਸਿਲੀਕੋਨ 27.1%, ਅਲਮੂਨੀਅਮ 8.1%, ਆਇਰਨ 5% ਤੇ ਕੈਲਸ਼ੀਅਮ 3.6%, ਪੋਟਾਸ਼ੀਅਮ 2.8%, ਸੋਡੀਅਮ 2.6% ਤੇ ਮੈਗਨੀਸ਼ੀਅਮ ਇਸ ਦੇ ਵਿੱਚ 2.1% ਹੁੰਦਾ ਹੈ। ਮੈਟਲ ਧਰਤੀ ਦੀ ਦੂਜੀ ਪਰਤ ਹੈ ਜਿਹੜੀ ਕਿ ਧਰਤੀ ਦੀ ਤਕਰੀਬਨ 3000 ਮੀਟਰ ਦੀ ਡੂੰਘਾਈ ਤੇ ਜਾ ਕੇ ਸ਼ੁਰੂ ਹੁੰਦੀ ਹੈ। ਇਹ ਧਰਤੀ ਦੀ ਸਭ ਤੋਂ ਮੋਟੀ ਪਰਤ ਹੈ ਜਿਹੜੀ ਕਿ ਸਿਲੀਕੇਟ ਪੱਥਰਾਂ ਦੇ ਨਾਲ ਬਣੀ ਹੋਈ ਹੈ। ਧਰਤੀ ਦੀ ਇਹ ਪਰਤ ਦੇ ਵਿੱਚ ਮੈਗਨੀਸ਼ੀਅਮ ਅਤੇ ਲੋਹੇ ਦੀ ਬਹੁਤ ਜ਼ਿਆਦਾ ਮਾਤਰਾ ਹੈ। ਇਸ ਤੋਂ ਬਾਅਦ ਆਉਂਦੀ ਹੈ ਧਰਤੀ ਦੀ ਆਊਟਰ ਕੋਰ ਪਰਤ ਜਿਹੜੀ ਕਿ ਲੋਹੇ ਅਤੇ ਨਿਕਲ ਦੇ ਨਾਲ ਬਣੀ ਹੋਈ ਹੈ। ਇਹ ਬਹੁਤ ਜ਼ਿਆਦਾ ਗਰਮ ਹੈ ਤੇ ਇਸ ਦਾ ਤਾਪਮਾਨ 44,000 ਡਿਗਰੀ ਤੋਂ ਲੈ ਕੇ 5,000 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ। ਇਹ ਇੰਨਾ ਜ਼ਿਆਦਾ ਗਰਮ ਹੁੰਦਾ ਹੈ ਕਿ ਇੱਥੇ ਲੋਹੇ ਅਤੇ ਨਿਕਲ ਵਰਗੀਆਂ ਸਾਰੀਆਂ ਧਾਤਾਂ ਤਰਲ ਹੋ ਜਾਂਦੀਆਂ ਨੇ ਤੇ ਆਊਟਰ ਕੋਰ ਧਰਤੀ ਦੀ ਪਰਤ ਦੇ ਨਾਲ ਹੀ ਧਰਤੀ ਦੀ ਮੈਗਨੈਟਿਕ ਫੀਲਡ ਬਣਦੀ ਹੈ। ਇਸ ਤੋਂ ਬਾਅਦ ਆਉਂਦੀ ਹੈ ਧਰਤੀ ਦੀ ਸਭ ਤੋਂ ਲਾਸਟ ਵਾਲੀ ਪਰਤ ਜਿਹਨੂੰ ਕਿ ਇਨਰ ਕੋਰ ਕਿਹਾ ਜਾਂਦਾ ਹੈ। ਇਹ ਸਾਰੇ ਦੀ ਸਾਰੀ ਲੋਹੇ ਦੇ ਨਾਲ ਬਣੀ ਹੁੰਦੀ ਹੈ। ਆਊਟਰ ਕੋਰ ਦੇ ਮੁਕਾਬਲੇ ਇਨਰ ਕੋਰ ਬਹੁਤ ਜ਼ਿਆਦਾ ਠੋਸ ਹੁੰਦੀ ਹੈ ਤੇ ਇਹੀ ਧਰਤੀ ਦਾ ਸਭ ਤੋਂ ਜ਼ਿਆਦਾ ਗਰਮ ਹਿੱਸਾ ਹੈ। ਹੁਣ ਅਸੀਂ ਫਿਰ ਤੋਂ ਆਪਣੇ ਟੌਪਿਕ ਦੇ ਉੱਪਰ ਆਉਂਦੇ ਹਾਂ ਕਿ ਜਦੋਂ ਰੂਸ ਦੇ ਵਿਗਿਆਨਕਾਂ ਨੇ ਧਰਤੀ ਦੇ ਇਸ ਡੂੰਘੇ ਟੋਏ ਦੀ ਖੁਦਾਈ ਦਾ ਕੰਮ ਸ਼ੁਰੂ ਕੀਤਾ ਸੀ, ਉਹਨਾਂ ਨੇ ਲਗਭਗ 20 ਸਾਲਾਂ ਤੱਕ 12 ਕਿਲੋਮੀਟਰ ਡੂੰਘੀ ਡ੍ਰਿਲਿੰਗ ਕਰਨ ਤੋਂ ਬਾਅਦ ਇਹ ਕੰਮ ਨੂੰ ਆਖਰਕਾਰ 1992 ਦੇ ਵਿੱਚ ਰੋਕ ਦਿੱਤਾ ਤੇ ਫਿਰ ਇਸ ਤੋਂ ਬਾਅਦ 1995 ਦੇ ਵਿੱਚ ਇਹ ਟੋਏ ਨੂੰ ਪੱਕਾ ਪਰਮਾਨੈਂਟਲੀ ਹੀ ਬੰਦ ਕਰ ਦਿੱਤਾ ਗਿਆ। ਹੁਣ ਸਵਾਲ ਇਹ ਉੱਠਦਾ ਹੈ ਕਿ ਵਿਗਿਆਨਕਾਂ ਨੇ ਆਖਰਕਾਰ ਇੰਨੀ ਡੂੰਘਾਈ ਤੱਕ ਜਾ ਕੇ ਇਸ ਟੋਏ ਦੇ ਕੰਮ ਦੇ ਉੱਪਰ ਕਿਉਂ ਰੋਕ ਲਗਾ ਦਿੱਤੀ। ਦੱਸਿਆ ਜਾਂਦਾ ਹੈ ਕਿ ਜਿਵੇਂ ਜਿਵੇਂ ਟੋਏ ਦੀ ਡੂੰਘਾਈ ਵੱਧਦੀ ਗਈ, ਮਸ਼ੀਨਾਂ ਨੇ ਆਪਣਾ ਕੰਮ ਕਰਨਾ ਬੰਦ ਕਰ ਦਿੱਤਾ। ਜਦੋਂ ਵਿਗਿਆਨਿਕ 12,262 ਮੀਟਰ ਦੀ ਡੂੰਘਾਈ ਤੱਕ ਪਹੁੰਚੇ ਤਾਂ ਸਾਰੀਆਂ ਮਸ਼ੀਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਸਮੇਂ ਉੱਥੋਂ ਦਾ ਤਾਪਮਾਨ 180 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਨਾਪਿਆ ਗਿਆ ਸੀ। ਇੰਨਾ ਹੀ ਨਹੀਂ, ਇੱਥੇ ਤਾਪਮਾਨ ਇੰਨੀ ਤੇਜ਼ੀ ਦੇ ਨਾਲ ਵਧਣ ਲੱਗਿਆ ਜਿਸ ਦੇ ਕਾਰਨ ਕੰਮ ਨੂੰ ਤੁਰੰਤ ਉੱਥੇ ਬੰਦ ਕਰਨਾ ਪਿਆ। ਇਹ ਖੁਦਾਈ ਕਰਨ ਦੇ ਲਈ ਓਰਲ ਮੈਸ਼ ਨਾਮ ਦੀ ਇੱਕ ਬਹੁਤ ਵੱਡੀ ਖੁਦਾਈ ਕਰਨ ਵਾਲੀ ਮਸ਼ੀਨ ਤਿਆਰ ਕੀਤੀ ਗਈ ਸੀ। ਇਹ ਮਸ਼ੀਨ ਕਿਸੇ ਵੀ ਤਰ੍ਹਾਂ ਦੀ ਸਥਿਤੀ ਦੇ ਵਿੱਚ ਡ੍ਰਿਲਿੰਗ ਕਰ ਸਕਦੀ ਸੀ। ਮਲਟੀ ਲੇਅਰ ਡ੍ਰਿਲਿੰਗ ਕਰਨ ਵਾਲੀ ਇਸ ਮਸ਼ੀਨ ਦਾ ਟਾਰਗੇਟ 50,000 ਮੀਟਰ ਸੀ, ਪਰ ਕਈ ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਵੀ ਵਿਗਿਆਨੀ ਸਿਰਫ 12,262 ਮੀਟਰ ਦੀ ਡੂੰਘਾਈ ਤੱਕ ਹੀ ਪਹੁੰਚੇ ਸਨ ਤੇ ਇੰਨੀ ਜ਼ਿਆਦਾ ਡੂੰਘਾਈ ਤੇ ਪਹੁੰਚਣ ਤੋਂ ਬਾਅਦ ਹੀ ਇਹ ਮਸ਼ੀਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਵਿਗਿਆਨਕਾਂ ਨੇ ਇਸ ਹੋਲ ਦਾ ਨਾਮ ਰੱਖਿਆ ਡੋਰ ਟੂ ਹੈਲ ਯਾਨੀ ਕਿ ਨਰਕ ਦਾ ਦਰਵਾਜ਼ਾ। ਉਸ ਤੋਂ ਬਾਅਦ ਸੋਵੀਅਤ ਸੰਘ ਦੇ ਟੁਕੜੇ ਟੁਕੜੇ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਵੀ ਕਦੇ ਵੀ ਇਸ ਬੋਰ ਦੀ ਖੁਦਾਈ ਫਿਰ ਤੋਂ ਸ਼ੁਰੂ ਨਹੀਂ ਕੀਤੀ ਗਈ। ਇਹ ਵੀ ਕਿਹਾ ਜਾਂਦਾ ਹੈ ਕਿ ਪੈਸਾ ਨਾ ਹੋਣ
ਵਿਗਿਆਨ ਕਰੋ ਇੰਨੀ ਡੂੰਘਾਈ ਦੇ ਵਿੱਚ ਚੀਜ਼ ਮਿਲਦੀ ਹੈ ਉਹ ਹਨ ਜੀ ਸੂਖਮ ਜੀਵ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਸ ਟੋਏ ਦੀ ਖੁਦਾਈ ਦੇ ਦੌਰਾਨ ਇਹ ਮਿਲੀ ਕਿ 6700 ਮੀਟਰ ਦੀ ਡੂੰਘਾਈ ਤੇ ਜਾ ਕੇ ਵਿਗਿਆਨਿਕਾਂ ਨੂੰ ਸੂਖਮ ਜੀਵ ਮਿਲੇ ਯਾਨੀ ਕਿ ਮਾਈਕਰੋਨ ਮਿਲੇ। ਵਿਗਿਆਨਿਕਾਂ ਨੇ ਇੰਨੀ ਜ਼ਿਆਦਾ ਡੂੰਘਾਈ ਤੇ ਇਹਨਾਂ ਜੀਵਾਂ ਦੇ ਜਿਉਂਦੇ ਰਹਿਣ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਕਿਉਂਕਿ ਜਿਵੇਂ ਜਿਵੇਂ ਅਸੀਂ ਧਰਤੀ ਦੀ ਡੂੰਘਾਈ ਵੱਲ ਨੂੰ ਵੱਧਦੇ ਜਾਂਦੇ ਹਾਂ ਉਸ ਦੇ ਨਾਲ ਹੀ ਤਾਪਮਾਨ ਵੱਧਦਾ ਜਾਂਦਾ ਹੈ ਤੇ ਇੰਨੇ ਜ਼ਿਆਦਾ ਤਾਪਮਾਨ ਦੇ ਵਿੱਚ ਕਿਸੇ ਵੀ ਜੀਵ ਦਾ ਰਹਿਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਹੈ। ਪਰ ਇਸ ਖੁਦਾਈ ਦੇ ਦੌਰਾਨ ਵਿਗਿਆਨਿਕਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਮਾਈਕਰੋਨ ਜਾਂ ਕੀ ਸੂਖਮ ਜੀਵ ਮਿਲਦੇ ਗਏ ਜਿਹੜੇ ਕਿ ਇੰਨੇ ਤਾਪਮਾਨ ਦੇ ਵਿੱਚ ਵੀ ਜਿਉਂਦੇ ਸਨ ਤੇ ਵਿਗਿਆਨਿਕਾਂ ਨੂੰ ਇੰਨੇ ਡੂੰਘਾਈ ਦੇ ਵਿੱਚ ਪਾਣੀ ਦੇ ਵਿੱਚ ਜਿਹੜੇ ਪੱਥਰ ਮਿਲੇ ਉਹ ਕਰੋੜਾਂ ਸਾਲ ਪੁਰਾਣੇ ਦੱਸੇ ਜਾਂਦੇ ਨੇ। ਵਿਗਿਆਨਿਕਾਂ ਨੇ ਦੱਸਿਆ ਕਿ ਇਹ ਪੱਥਰ 2 ਅਰਬ 80 ਕਰੋੜ ਸਾਲ ਪੁਰਾਣੇ ਨੇ। ਵਿਗਿਆਨਿਕਾਂ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਇਸ ਟੋਏ ਦੇ ਵਿੱਚ ਉਹਨਾਂ ਨੂੰ ਅੱਗੇ ਜਾ ਕੇ ਗੈਸਾਂ ਵੀ ਮਿਲ ਗਈਆਂ। ਵਿਗਿਆਨਿਕ ਇੱਥੇ ਗਲਤ ਸਾਬਤ ਹੋਏ ਕਿਉਂਕਿ ਉਹਨਾਂ ਨੂੰ ਇੱਥੇ ਹੀਲੀਅਮ, ਨਾਈਟ੍ਰੋਜਨ, ਹਾਈਡ੍ਰੋਜਨ ਅਤੇ ਕਾਰਬਨ ਡਾਈਆਕਸਾਈਡ ਵਰਗੀਆਂ ਗੈਸਾਂ ਵੀ ਮਿਲੀਆਂ। ਇਸ ਤੋਂ ਬਿਨਾਂ ਵਿਗਿਆਨਿਕਾਂ ਨੂੰ ਇੰਨੇ ਡੂੰਘੇ ਟੋਏ ਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਚੀਜ਼ ਮਿਲਦੀ ਹੈ ਉਹ ਚੀਜ਼ ਸੀ ਜੀ ਇੱਥੋਂ ਆਉਣ ਵਾਲੀਆਂ ਡਰਾਵਣੀਆਂ ਆਵਾਜ਼ਾਂ। ਕਿਹਾ ਜਾਂਦਾ ਹੈ ਕਿ ਇਹ ਆਵਾਜ਼ਾਂ ਸੁਣਨ ਤੋਂ ਬਾਅਦ ਹੀ ਇਸ ਟੋਏ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਸੀ। ਇਸ ਟੋਏ ਨੂੰ ਬੰਦ ਕਰਨ ਦਾ ਸਭ ਤੋਂ ਪਹਿਲਾ ਕਾਰਨ ਸੀ ਹੌਟ ਟੈਂਪਰੇਚਰ। ਵਿਗਿਆਨਿਕਾਂ ਨੇ ਇਸ ਟੋਏ ਦੀ ਖੁਦਾਈ ਦੇ ਦੌਰਾਨ 180 ° ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਤੇ ਇੰਨੇ ਜ਼ਿਆਦਾ ਤਾਪਮਾਨ ਬਾਰੇ ਤਾਂ ਵਿਗਿਆਨਿਕਾਂ ਨੇ ਸੋਚਿਆ ਵੀ ਨਹੀਂ ਸੀ। ਇਸ ਨੂੰ ਅਸੀਂ ਇਸ ਤਰ੍ਹਾਂ ਸਮਝ ਰਹੇ ਹਾਂ ਕਿ 100 ° ਸੈਲਸੀਅਸ ਦੇ ਉੱਪਰ ਪਾਣੀ ਉੱਬਣ ਲੱਗ ਜਾਂਦਾ ਹੈ ਤੇ 180 ° ਸੈਲਸੀਅਸ ਕਿੰਨਾ ਜ਼ਿਆਦਾ ਤਾਪਮਾਨ ਹੋਵੇਗਾ ਤੇ ਵਿਗਿਆਨਿਕਾਂ ਨੇ ਇਹ ਅੰਦਾਜ਼ਾ ਲਗਾਇਆ ਸੀ ਕਿ ਇਸ ਟੋਏ ਦਾ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 100 ° ਸੈਲਸੀਅਸ ਤੋਂ ਉੱਪਰ ਨਹੀਂ ਜਾਵੇਗਾ। ਪਰ ਉਹ ਗਲਤ ਸਾਬਤ ਹੋਏ ਤੇ ਇੱਥੋਂ ਦਾ ਤਾਪਮਾਨ ਅੰਦਾਜ਼ੇ ਤੋਂ ਕਿਤੇ ਜ਼ਿਆਦਾ ਗਰਮ ਨਿਕਲਿਆ ਕਿਉਂਕਿ ਇੰਨੇ ਜ਼ਿਆਦਾ ਤਾਪਮਾਨ ਦੇ ਵਿੱਚ ਡ੍ਰਿਲਿੰਗ ਮਸ਼ੀਨ ਨੇ ਵੀ ਆਪਣਾ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਤੋਂ ਇਲਾਵਾ ਇੰਨੀ ਜ਼ਿਆਦਾ ਡੂੰਘਾਈ ਦੇ ਵਿੱਚ ਜਾ ਕੇ ਬਹੁਤ ਜ਼ਿਆਦਾ ਸੰਘਣੇ ਪੱਥਰ ਆ ਗਏ ਸਨ ਜਿਹੜੇ ਕਿ ਡ੍ਰਿਲ ਮਸ਼ੀਨ ਨੂੰ ਕੰਮ ਕਰਨ ਤੋਂ ਰੋਕ ਰਹੇ ਸਨ। ਮਤਲਬ ਕਿ ਵਿਗਿਆਨਿਕਾਂ ਨੂੰ ਹੁਣ ਇਸ ਟੋਏ ਦੇ ਵਿੱਚ ਡ੍ਰਿਲਿੰਗ ਕਰਨ ਦੇ ਸਮੇਂ ਅਲੱਗ ਅਲੱਗ ਤਰ੍ਹਾਂ ਦੀਆਂ ਰੁਕਾਵਟਾਂ ਸਾਹਮਣੇ ਆ ਰਹੀਆਂ ਸਨ ਜਿਸ ਤੋਂ ਬਾਅਦ ਹੀ ਇਸ ਟੋਏ ਦੀ ਖੁਦਾਈ ਨੂੰ ਰੋਕ ਦਿੱਤਾ ਗਿਆ। ਦੂਜਾ ਇਸ ਦਾ ਕਾਰਨ ਇਸ ਟੋਏ ਦੀ ਖੁਦਾਈ ਨੂੰ ਇੱਥੇ ਰੋਕਿਆ ਹੀ ਨਹੀਂ ਗਿਆ ਬਲਕਿ ਬਹੁਤ ਜ਼ਿਆਦਾ ਮਜ਼ਬੂਤੀ ਦੇ ਨਾਲ ਇਸ ਨੂੰ ਉੱਪਰੋਂ ਸੀਲ ਵੀ ਕਰ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਅਜਿਹਾ ਇਸ ਕਰਕੇ ਕੀਤਾ ਗਿਆ ਤਾਂ ਕਿ ਕੋਈ ਇਸ ਪ੍ਰੋਜੈਕਟ ਨੂੰ ਫਿਰ ਤੋਂ ਸ਼ੁਰੂ ਨਾ ਕਰੇ। ਇਹ ਵਿਗਿਆਨਿਕਾਂ ਨੂੰ ਇਸ ਦੀ ਖੁਦਾਈ ਦੇ ਦੌਰਾਨ ਕੁਝ ਅਜਿਹਾ ਮਿਲਿਆ ਜਿਹੜਾ ਕਿ ਬਹੁਤ ਜ਼ਿਆਦਾ ਹੈਰਾਨ ਕਰਨ ਵਾਲਾ ਸੀ। ਕਹਿੰਦੇ ਨੇ ਕਿ ਇੱਥੇ ਵਿਗਿਆਨਿਕਾਂ ਨੂੰ ਨਰਕ ਮਿਲਿਆ। ਅਜਿਹਾ ਕਹਿਣ ਦਾ ਕਾਰਨ ਇਹ ਹੈ ਕਿ ਇੱਥੋਂ ਵਿਗਿਆਨਿਕਾਂ ਨੂੰ ਬਹੁਤ ਜ਼ਿਆਦਾ ਲੋਕਾਂ ਦੇ ਚੀਕਾਂ ਤੇ ਚਲਾਉਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਹਾਲਾਂਕਿ ਇਹ ਗੱਲ ਸੁਣਨ ਦੇ ਵਿੱਚ ਕਾਫੀ ਜ਼ਿਆਦਾ ਅਜੀਬ ਲੱਗਦੀ ਹੈ ਪਰ ਇਹ ਬਿਲਕੁਲ ਸੱਚ ਹੈ। ਤੁਸੀਂ ਵੀਡੀਓ ਦੇ ਅੱਗੇ ਜਾ ਕੇ ਇਸ ਨੂੰ ਮੰਨ ਵੀ ਜਾਓਗੇ। ਸੋਚਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਧਰਤੀ ਦੀ ਇੰਨੀ ਜ਼ਿਆਦਾ ਡੂੰਘਾਈ ਦੇ ਵਿੱਚ ਕਿਵੇਂ ਲੋਕਾਂ ਦੀਆਂ ਚੀਕਾਂ ਮਾਰਨ ਤੇ ਚਲਾਉਣ ਦੀਆਂ ਆਵਾਜ਼ਾਂ ਆ ਸਕਦੀਆਂ ਨੇ। ਕਿਹਾ ਜਾਂਦਾ ਹੈ ਕਿ ਵਿਗਿਆਨਿਕ ਜਦੋਂ ਇਸ ਟੋਏ ਦੀ ਖੁਦਾਈ ਦੇ ਦੌਰਾਨ ਧਰਤੀ ਦੇ ਇਹ ਪਾਰਟ ਦੇ ਵਿੱਚ ਪਹੁੰਚਦੇ ਹਨ ਤੇ ਉਹਨਾਂ ਨੂੰ ਇੱਥੋਂ ਬਹੁਤ ਜ਼ਿਆਦਾ ਡਰਾਵਣੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ। ਇਹ ਆਵਾਜ਼ਾਂ ਇੰਨੀਆਂ ਜ਼ਿਆਦਾ ਖਤਰਨਾਕ ਹੁੰਦੀਆਂ ਨੇ ਕਿ ਸੁਣਨ ਵਾਲੇ ਦੇ ਪਸੀਨੇ ਆ ਜਾਣ। ਇਸ ਲਈ ਇਹਨਾਂ ਆਵਾਜ਼ਾਂ ਨੂੰ ਸਾਊਂਡ ਆਫ ਹੈਲ ਦਾ ਨਾਮ ਦਿੱਤਾ ਗਿਆ ਤੇ ਰੂਸੀ ਵਿਗਿਆਨਿਕਾਂ ਨੇ ਇਹਨਾਂ ਭਿਆਨਕ ਆਵਾਜ਼ਾਂ ਦੀ ਰਿਕਾਰਡਿੰਗ ਵੀ ਕੀਤੀ ਹੈ। ਵਿਗਿਆਨਿਕ ਇਹਨਾਂ ਆਵਾਜ਼ਾਂ ਨੂੰ ਸੁਣ ਕੇ ਇੰਨਾ ਜ਼ਿਆਦਾ ਡਰ ਗਏ ਸਨ ਕਿ ਤੁਰੰਤ ਉਹਨਾਂ ਨੇ ਇਸ ਦੀ ਖੁਦਾਈ ਰੋਕ ਕੇ ਇਸ ਨੂੰ ਬੰਦ ਕਰ ਦਿੱਤਾ ਕਿਉਂਕਿ ਵਿਗਿਆਨਿਕਾਂ ਨੂੰ ਡਰ ਸੀ ਕਿ ਕਿਤੇ ਉਹ ਇਸ ਦੀ ਖੁਦਾਈ ਦੇ ਦੌਰਾਨ ਅੱਗੇ ਨਰਕ ਦੇ ਦਰਵਾਜ਼ੇ ਤੇ ਨਾ ਪਹੁੰਚ ਜਾਣ। ਸੁਣਨ ਦੇ ਵਿੱਚ ਇਹ ਆਵਾਜ਼ਾਂ ਅਜਿਹੀਆਂ ਨੇ ਜਿਵੇਂ ਕਿ ਇਨਸਾਨ ਦੇ ਉੱਪਰ ਕੋਈ ਜ਼ੁਲਮ ਅਤੇ ਅਤਿਆਚਾਰ ਕਰ ਰਿਹਾ ਹੁੰਦਾ ਹੈ। ਹੁਣ ਮੈਂ ਤੁਹਾਨੂੰ ਸੁਣਾਉਣਾ ਹਾਂ ਜੀ ਉਹ ਆਵਾਜ਼ਾਂ ਜਿਹੜੀਆਂ ਵਿਗਿਆਨਿਕਾਂ ਨੇ ਉਸ ਸਮੇਂ ਰਿਕਾਰਡ ਕੀਤੀਆਂ ਸਨ। ਇੱਥੇ ਕੁਝ ਵਿਗਿਆਨਿਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਟਾਈਟੋਨਿਕ ਪਲੇਟਾਂ ਦੇ ਖਿਸਕਣ ਦੀਆਂ ਆਵਾਜ਼ਾਂ ਨੇ ਤੇ ਤੁਸੀਂ ਇਸ ਬਾਰੇ ਕੀ ਸੋਚ ਰਹੇ ਹੋ ਸਾਨੂੰ ਜ਼ਰੂਰ ਦੱਸਣਾ ਤੇ ਸਾਡੇ ਯੂਟਿਊਬ ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਨਾ।